ਨੌਜਵਾਨਾਂ ਲਈ ਚੰਗੀ ਸਿਹਤ ਪ੍ਰਤੀ ਚੁੱਕੇ ਗਏ ਕਦਮਾਂ ਵਿੱਚ ਲਗਾਤਾਰ ਮਿਲ ਰਹੀ ਸਫਲਤਾ ਨੂੰ ਵੇਖ ਕੇ ਪੰਜਾਬ ਬਾਡੀ ਬਿਲਡਿੰਗ ਐਂਡ ਸਪੋਰਟਸ ਵੈਲਫੇਅਰ ਕਮੇਟੀ ਪੰਜਾਬ ਵੱਲੋਂ ਕੱਲ 20 ਫਰਵਰੀ ਨੂੰ ਇੱਕ ਵਾਰ ਫਿਰ ਲੁਧਿਆਣਾ ਦੇ ਗੁਰੂ ਨਾਨਕ ਦੇਵ ਭਵਨ ਵਿਖੇ ਰਾਸ਼ਟਰੀ ਪੱਧਰ ਦੀ ਬਾਡੀ ਬਿਲਡਿੰਗ ਪ੍ਰਯੋਗਤਾ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਰੋਣਾਚਾਰੀਆ ਅਵਾਰਡ ਨਾਲ ਸਨਮਾਨਿਤ ਭੁਪਿੰਦਰ ਧਵਨ, ਮਿਸਟਰ ਓਲੰਪੀਅਨ ਦਾ ਖਿਤਾਬ ਜਿੱਤ ਚੁੱਕੇ ਮੁਕੇਸ਼ ਸਿੰਘ ਗਹਿਲੋਤ ਨੇ ਦਿੱਤੀ। ਇਸ ਮੌਕੇ ਪੰਜਾਬ ਬਾਡੀ ਬਿਲਡਿੰਗ ਐਂਡ ਸਪੋਰਟਸ ਵੈਲਫੇਅਰ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਦੁਸਾਂਝ, ਪ੍ਰਧਾਨ ਪ੍ਰਦੀਪ ਅੱਪੂ ਨੇ ਦੱਸਿਆ ਕਿ ਉਹਨਾਂ ਦਾ ਮੁੱਖ ਮਕਸਦ ਨੌਜਵਾਨਾਂ ਵਿੱਚ ਵੱਧ ਰਹੇ ਬੁਰੇ ਪ੍ਰਭਾਵਾਂ ਨੂੰ ਖਤਮ ਕਰਕੇ ਇੱਕ ਚੰਗੀ ਤੇ ਨਰੋਈ ਜ਼ਿੰਦਗੀ ਜਿਉਣ ਦਾ ਪਲੇਟਫਾਰਮ ਦੇਣਾ ਹੈ। ਉਹਦੇ ਚ ਇਹ ਇੰਟਰ ਸਟੇਟ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਹੈ ਅੰਡਰ ਦੀ ਵਾਬਾ ਇੰਡੀਆ, ਜਿਹੜਾ ਸਾਡੀ ਐਸੋਸੀਏਸ਼ਨ ਹੈ ਇੰਡੀਅਨ ਅਮੈਚਰ ਬਾਡੀ ਬਿਲਡਿੰਗ ਐਸੋਸੀਏਸ਼ਨ, ਔਰ ਵਾਬਾ ਉਹਦੇ ਨਾਲ ਸਾਡਾ ਐਫਲੇਟਿਡ ਹੈ ਵਰਲਡ ਆਬਾ ਨਾਲ, ਵਾਬਾ ਨਾਲ। ਅਸੀਂ ਕੱਲ੍ਹ ਇੰਟਰ ਸਟੇਟ ਸਾਰੀ ਸਟੇਟਾਂ ਤੋਂ ਬੱਚੇ ਆ ਰਹੇ ਹੈ ਔਰ ਉਹਨਾਂ ਵਾਸਤੇ ਚੈਂਪੀਅਨਸ਼ਿਪ ਰੱਖੀ ਹੈ ਔਰ ਬਹੁਤ ਵਧੀਆ ਇਨਾਮ ਅਸੀਂ ਰੱਖੇ ਹੈ। ਕੱਲ੍ਹ ਸਾਰੀ ਸਟੇਟਾਂ ਤੋਂ ਕੁੜੀਆਂ ਔਰ ਮੁੰਡੇ ਇੱਥੇ ਪੂਰੇ ਹਿੰਦੁਸਤਾਨ ਤੋਂ ਪਹੁੰਚਣਗੇ ਔਰ ਉਹਨਾਂ ਦੇ ਵਿੱਚ ਮੁਕਾਬਲਾ ਹੋਏਗਾ। ਕੰਪੀਟੀਸ਼ਨ ਵਿੱਚ ਮੇਰਾ ਮੈਸੇਜ ਇਹ ਕਿ ਜਿੰਨੇ ਵੀ ਪਲੇਅਰ ਆਏਗੇ ਔਰ ਜੋ ਵੀ ਉਨਕੋ ਪੋਜੀਸ਼ਨ ਮਿਲੇਗੀ, ਜਜ ਕਾ ਡਿਸੀਜ਼ਨ ਹੋਗਾ, ਇੱਕ ਤਾਂ ਉਸਕੋ ਵੋ ਮੰਨ ਕੇ ਜਾਏ, ਇਹ ਨਾ ਕਰੇ ਮੇਰੇ ਸਾਥ ਚਿਟਿੰਗ ਹੋ ਗਿਆ, ਔਰ ਅਗਲੇ ਕੰਪੀਟੀਸ਼ਨ ਔਰ ਅੱਛੀ ਤਿਆਰੀ ਕਰਕੇ ਆਏਗੇ, ਹਿੰਦੁਸਤਾਨ ਕਾ ਨਾਮ ਕਰੇਗੇ। ਇਹ ਨੈਸ਼ਨਲ ਲੈਵਲ ਕੇ ਚੈਂਪੀਅਨਸ਼ਿਪ ਹੈ ਤੋ ਇੱਕ ਸੇ ਇੱਕ ਬੜ ਗਏ ਪਲੇਅਰ ਯਹਾਂ ਪੇ ਆਏਗੇ, ਕੋਈ ਵੀ ਪਲੇਅਰ ਛੋਟਾ ਜਾਂ ਬੜਾ ਨਹੀਂ ਹੈ। ਚੈਂਪੀਅਨਸ਼ਿਪ ਜੋ ਜਿੱਤਦਾ ਹੈ ਉਹ ਵੀ ਬੜਾ ਪਲੇਅਰ ਹੈ, ਜੋ ਹਾਰ ਕੇ ਜਾਏਗਾ ਉਹ ਅੱਗੇ ਕੇ ਲਈ ਔਰ ਅੱਛਾ ਹੋ ਕੇ ਜਾਏਗਾ। ਮੇਰਾ ਮੈਸੇਜ ਇਹ ਹੈ ਕਿ ਸਪੋਰਟਸ ਮੇ ਅਗਰ ਆਪਣੇ ਬਹੁਤ ਬੜੇ ਲੈਵਲ ਪਰ ਜਾਣਾ ਤੋ ਕਿਸੀ ਸੇ ਕੋਈ ਫਾਈਟ ਨਹੀਂ ਹੈ, ਆਪਣੇ ਆਪ ਕੋ ਬੀਟ ਕਰਦੇ ਰਹੋ, ਹਰ ਦਿਨ ਟ੍ਰੇਨਿੰਗ ਮੇ ਆਪਣੇ ਆਪ ਆਪਣੀ ਪਰਫਾਰਮੈਂਸ ਕੋ ਬੀਟ ਕਰਦੇ ਰਹੋਗੇ, ਇੱਕ ਦਿਨ ਬੜੇ ਚੈਂਪੀਅਨ ਬਣ ਜਾਓਗੇ, ਔਰ ਆਪਣੇ ਜੋ ਗੁਰੂ ਹੈ ਉਨਕੋ ਫੋਲੋ ਕਰੇ। ਹਰ ਇੱਕ ਮਤਲਬ ਜ਼ਿੰਦਗੀ ਮੇ ਬਹੁਤ ਸਾਰੇ ਗੁਰੂ ਨਾ ਬਣਾਏ, ਇੱਕ ਜੋ ਗੁਰੂ ਹੈ ਉਨਕੋ ਫੋਲੋ ਕਰੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਸਰਬਜੀਤ ਪਨੇਸਰ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।